ਕੀ ਤੁਸੀਂ ਵੀ ਸਵੇਰੇ ਉੱਠ ਕੇ ਪਰਾਂਠਿਆਂ ਦੇ ਨਾਲ ਚਾਹ ਪੀਣਾ ਪਸੰਦ ਕਰਦੇ ਹੋ? ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਕਿੰਨਾ ਕੁ ਇਸਦਾ ਨੁਕਸਾਨ ਝੱਲਣਾ ਪੈ ਸਕਦਾ ਹੈ? ਕੀ ਪਰਾਂਠਿਆਂ ਦੇ ਨਾਲ ਚਾਹ ਪੀਣਾ ਸਹੀ ਹੈ? ਅੱਜ ਇਹ ਪੂਰੇ ਵਿਸ਼ੇ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਅਤੇ ਦੱਸਦੇ ਹਾਂ ਕਿ ਜੇਕਰ ਤੁਸੀਂ ਪਰਾਂਠਿਆਂ ਦੇ ਨਾਲ ਚਾਹ ਪੀਂਦੇ ਹੋ ਤਾਂ ਤੁਹਾਨੂੰ ਇਸਦਾ ਕੀ ਨੁਕਸਾਨ ਹੋ ਸਕਦਾ ਹੈ। ਭਾਰਤ ਦੇ ਵਿੱਚ ਨਾਸ਼ਤੇ ਦੇ ਵਿੱਚ ਆਲੂ ਦੇ ਪਰਾਂਠੇ, ਗੋਭੀ ਦੇ ਪਰਾਂਠੇ, ਪਨੀਰ ਦੇ ਪਰਾਂਠੇ ਯਾਨੀ ਸਵੇਰੇ ਪਰਾਂਠੇ ਖਾਣਾ ਆਮ ਜੀ ਗੱਲ ਹੈ। ਪਰਾਂਠਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਨਾ ਸਿਰਫ ਉਹਨਾਂ ਨੂੰ ਲੰਬੇ ਸਮੇਂ ਲਈ ਊਰਜਾ ਦਿੰਦਾ ਹੈ ਅਤੇ ਨਾਲ ਦੀ ਨਾਲ ਸਗੋਂ ਪੇਟ ਵੀ ਜੋ ਪਰਾਂਠੇ ਨੇ ਉਹ ਖਾ ਕੇ ਭਰਿਆ ਰਹਿੰਦਾ ਹੈ। ਜ਼ਿਆਦਾਤਰ ਘਰਾਂ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਨਾਸ਼ਤੇ ਦੇ ਵਿੱਚ ਸਿਰਫ ਪਰਾਂਠਾ ਹੀ ਨਹੀਂ ਬਲਕਿ ਪਰਾਂਠੇ ਦੇ ਨਾਲ ਅਸੀਂ ਚਾਹ ਵੀ ਲੈਂਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਕਿ ਇੱਥੇ ਤੁਹਾਨੂੰ ਕਿੰਨੀਆਂ ਕੁ ਸਮੱਸਿਆਵਾਂ ਹੋ ਸਕਦੀਆਂ ਨੇ? ਦਰਅਸਲ ਚਾਹ ਅਤੇ ਪਰਾਂਠੇ ਦਾ ਮਿਸ਼ਰਣ ਸਵਾਦ ਤਾਂ ਲੱਗਦਾ ਹੈ ਪਰ ਇਸ ਦੇ ਨਾਲ ਤੁਹਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਪੋਸ਼ਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਰਾਂਠੇ ਦੇ ਨਾਲ ਚਾਹ ਪੀਣ ਦੇ ਨਾਲ ਐਸੀਡਿਟੀ ਅਤੇ ਗੰਭੀਰ ਬਲੋਟਿੰਗ ਹੋ ਸਕਦੀ ਹੈ ਕਿਉਂਕਿ ਕੈਫੀਨ ਦੇ ਨਾਲ ਭਰਪੂਰ ਚਾਹ ਜਾਂ ਕੌਫੀ ਤੁਹਾਡੇ ਪੇਟ ਦੇ ਵਿੱਚ ਐਸਿਡ ਬੇਸ ਸੰਤੁਲਨ ਨੂੰ ਵਿਗਾੜ ਸਕਦੀ ਹੈ ਜਾਂ ਖਰਾਬ ਕਰ ਸਕਦੀ ਹੈ। ਅਤੇ ਦੂਜੇ ਪਾਸੇ ਪਰਾਂਠੇ ਭਾਰੀ ਵੀ ਹੁੰਦੇ ਨੇ ਜੋ ਸਾਡੀ ਸਿਹਤ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ। ਸੋ ਜੇਕਰ ਤੁਸੀਂ ਪਰਾਂਠਿਆਂ ਦੇ ਨਾਲ ਚਾਹ ਪੀ ਰਹੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ। ਤੇ ਸਿਰਫ ਇੰਨਾ ਹੀ ਨਹੀਂ, ਇਸ ਦੇ ਨਾਲ ਅਨੀਮੀਆ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ। ਅਧਿਐਨ ਦੇ ਅਨੁਸਾਰ ਚਾਹ ਦੇ ਵਿੱਚ ਮੌਜੂਦ ਫਿਨੋਲਿਕ ਕੈਮੀਕਲ ਪੇਟ ਦੀ ਲਾਈਨਿੰਗ ਦੇ ਵਿੱਚ ਆਇਰਨ ਕੰਪਲੈਕਸ ਦੇ ਨਿਰਮਾਣ ਨੂੰ ਉਤੇਜਿਤ ਕਰਦੇ ਨੇ ਜੋ ਆਇਰਨ ਨੂੰ ਸੋਖਣ ਤੋਂ ਰੋਕ ਸਕਦਾ ਹੈ। ਇਸ ਦੇ ਲਈ ਭੋਜਨ ਦੇ ਨਾਲ ਨਾਲ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਜਿਨ੍ਹਾਂ ਨੂੰ ਆਇਰਨ ਦੀ ਕਮੀ ਜਾਂ ਅਨੀਮੀਆ। ਇਸ ਦੇ ਨਾਲ ਹੀ ਚਾਹ ਪਰਾਂਠਾ ਸਿਹਤ ਦੇ ਲਈ ਹਾਨੀਕਾਰਕ ਵੀ ਹੈ, ਇਸ ਦੇ ਪਿੱਛੇ ਪੂਰਨ ਕਾਰਨ ਕੀ ਹੈ ਇਹ ਵੀ ਦੱਸਾਂਗੇ। ਸੋ ਚਾਹ ਦੇ ਵਿੱਚ ਪਾਏ ਜਾਣ ਵਾਲੇ ਟੈਨਿਨ ਪ੍ਰੋਟੀਨ ਦੇ ਨਾਲ ਪਰਸਪਰ ਪ੍ਰਭਾਵ ਪਾਉਂਦੇ ਨੇ ਅਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇੱਕ ਅਧਿਐਨ ਦੇ ਅਨੁਸਾਰ ਟੈਨਿਨ ਇਹਨਾਂ ਪ੍ਰੋਟੀਨ ਨੂੰ ਲਗਭਗ 38% ਘਟਾਉਂਦੇ ਨੇ। ਇਸ ਦੇ ਲਈ ਚਾਹ ਦੇ ਨਾਲ ਪਰਾਂਠਾ ਖਾਣਾ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਦੇ ਨਾਲ ਹੀ ਚਾਹ ਕਿਵੇਂ ਪੀਣੀ ਚਾਹੀਦੀ ਇਹ ਵੀ ਜ਼ਰੂਰ ਦੱਸਾਂਗੇ। ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਇਹ ਤੁਸੀਂ ਚਾਹ ਜ਼ਰੂਰ ਪੀ ਸਕਦੇ ਹੋ ਪਰ ਕੁਝ ਗੱਲਾਂ ਦਾ ਧਿਆਨ ਰੱਖੋ। ਕੋਈ ਵੀ ਖਾਣਾ ਪੀਣਾ ਹੋਵੇ ਤਾਂ ਉਸ ਤੋਂ ਘੱਟੋ ਘੱਟ 45 ਮਿੰਟ ਬਾਅਦ ਚਾਹ ਪੀਓ। ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਦੇ ਵਿੱਚ 1 ਘੰਟਾ ਬਾਅਦ ਤੁਹਾਨੂੰ ਚਾਹ ਪੀਣੀ ਚਾਹੀਦੀ ਹੈ ਜਾਂ ਸ਼ਾਮ ਨੂੰ ਕੁਝ ਸਨੈਕਸ ਦਾ ਆਨੰਦ ਲੈਂਦੇ ਹੋਇਆ ਵੀ ਤੁਸੀਂ ਚਾਹ ਪੀ ਸਕਦੇ ਹੋ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਵੇਗੀ। ਯਾਨੀ ਇਹ ਕਿਹਾ ਜਾ ਸਕਦਾ ਕਿ ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਤੁਸੀਂ ਚਾਹ ਪੀ ਜ਼ਰੂਰ ਸਕਦੇ ਹੋ ਪਰ ਤੁਸੀਂ ਆਪਣੇ ਭੋਜਨ ਦੇ ਨਾਲ ਚਾਹ ਨਹੀਂ ਲੈ ਸਕਦੇ। ਭੋਜਨ ਤੋਂ ਘੱਟੋ ਘੱਟ 1/2 ਘੰਟੇ ਦੇ ਗੈਪ ਦੇ ਨਾਲ ਤੁਸੀਂ ਚਾਹ ਦਾ ਜੇਕਰ ਸੇਵਨ ਕਰੋਗੇ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਪਰ ਜੇਕਰ ਤੁਸੀਂ ਪਰਾਂਠਿਆਂ ਦੇ ਨਾਲ ਚਾਹ ਲੈਂਦੇ ਹੋ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ ਨਾਲ ਤੁਹਾਨੂੰ ਐਸੀਡਿਟੀ ਦੀ ਪ੍ਰੋਬਲਮ ਹੋ ਸਕਦੀ ਹੈ ਅਤੇ ਹੋਰ ਵੀ ਕਈ ਬਿਮਾਰੀਆਂ ਤੋਂ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਜੇਕਰ ਤੁਸੀਂ ਚਾਹ ਅਤੇ ਪਰਾਂਠੇ ਖਾਣ ਦੇ ਸ਼ੌਕੀਨ ਹੋ ਤਾਂ ਕਿਤੇ ਨਾ ਕਿਤੇ ਪਰਹੇਜ਼ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਤੁਹਾਡੀ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।